जिला जालंधर के अधीन आते देहात करतारपुर में करतारपुर पुलिस ने पकड़ा मोटरसाइकिल चोरों का गैंग। जानकारी देते हुए डीएसपी करतारपुर सुखपाल सिंह ने बताया कि एक गुप्त सूचना के आधार पर एसआई काबुल सिंह ने अपनी पुलिस पार्टी के साथ गांव झंडे सराय रोड सूचना मिलते ही छापामारी की तो वहां पर मोटरसाइकिल चोर गैंग के 3 सदस्यों को गिरफ्तार किया गया, जो कि मौके पर ही मोटरसाइकिलों की नंबर प्लेट जाली लगाकर बेचने की फिराक में थे। उनको नंबर प्लेट बदलते हुए ही 3 मोटरसाइकिलों के साथ 3 सदस्यों को काबू कर लिया गया। सत श्री अकाल दोस्तों, अभी इस टाइम खड़े हैं थाना करतारपुर विखे, जिथे कि एक मोटरसाइकिल चोर ग्रोह फड़िया साना मौजूद ने करतारपुर थाने के डीएसपी सुखपाल सिंह जी, उन्होंने गल करते हैं। सुखपाल जी, ये की मामला की सी जी? साढ़े पिछले काफ़ी समय तो जिहड़ियां हैगियां सी करतारपुर जां आले दुआले काफ़ी चोरी व्हीकल चोरियां दी शिकायतां मिल रही सी, जिहदे आधार ते ही असीं एक आपस च प्लैनिंग करके थोड़ी गश्त वधाई। श्री नवीन सिंगला जी IPS SSP साहब जलंधर देहाती जी दे दिशा निर्देशों अनुसार श्री मनप्रीत ढिल्लों PPS SPD साहब की अगवाई हेठ असीं ये जिहड़ी मुहिम शुरू की, साढ़े जिहड़े थाने दे इंस्पैक्टर रजीव कुमार जी नाल इन्हां दे ASI काबल सिंह ते पुलिस पार्टी जदों झंडे सराय रोड ते जा रहे सी तां इन्हां नूं एक खुफिया इतलाह मिली ਵੀ ਝੱਲ ਗਰਾਊਂਡ ਦੇ ਵਿੱਚ ਕੋਈ 2 ਬੰਦੇ ਜਿਹੜੇ ਹੈਗੇ ਆ ਮੋਟਰਸਾਈਕਲ ਜਿਹੜੀਆਂ ਨੰਬਰ ਪਲੇਟਾਂ ਚੇਂਜ ਕਰ ਰਹੇ ਨੇ, ਜਿਹੜਾ ਇਹਨਾਂ ਨੇ ਉਸੇ ਵੇਲੇ ਉੱਥੇ ਰੇਡ ਕੀਤਾ, ਉੱਥੋਂ 2 ਮੋਟਰਸਾਈਕਲ ਬਰਾਮਦ ਕੀਤੇ। ਉਹਨਾਂ ਦੀਆਂ ਜਿਹੜੀਆਂ ਜਾਲੀ ਨੰਬਰ ਪਲੇਟਾਂ ਸੀ ਉਹ ਵੀ ਸਾਨੂੰ ਉੱਥੋਂ ਮਿਲ ਗਈਆਂ। ਜਦੋਂ ਇਹਨਾਂ ਨੇ ਫਿਰ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਦੇ ਇੱਥੋਂ ਮਿਲ ਗਿਆ ਘਰੋਂ, ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ 2 ਮੋਟਰਸਾਈਕਲ ਜਿਹੜੇ ਇਹਨਾਂ ਨੇ ਹਮੀਰੇ ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਘਰ ਖੜੇ ਕੀਤੇ ਸੀ, 5 ਮੋਟਰਸਾਈਕਲ ਇਹਨਾਂ ਬਰਾਮਦ ਕੀਤੇ ਆ ਜੀ। ਇਹਦੇ ਆਧਾਰ 'ਤੇ ਹੀ ਅਸੀਂ 379-411 ਦੇ ਤਹਿਤ FIR ਦਰਜ ਕਰਕੇ ਅੱਗੇ ਤਫਤੀਸ਼ ਸ਼ੁਰੂ ਕੀਤੀ, ਤਾਂ ਤਫਤੀਸ਼ ਦੇ ਦੌਰਾਨ ਸਾਡੇ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਦੇ ਵਿੱਚ ਜਿਹੜਾ ਮਾਸਟਰ ਮਾਈਂਡ ਸੀ ਉਹ ਬਲਬੀਰ ਸਿੰਘ ਬਿੱਲਾ ਸੀ, ਉਹ ਹੀ ਚਾਬੀ ਉਹਨੇ ਬਣਾਈ ਇਹਨੇ ਇਹਨਾਂ ਦੇ ਤਾਲੇ ਖੋਲ੍ਹਣ ਲਈ, ਅਤੇ ਉਹਨੇ ਹੁਣ ਇਦੋਂ ਬਾਅਦ ਜਿਹੜਾ ਆਪਣਾ ਸਾਹਿਲ ਆ ਇਹਨੂੰ ਵੀ ਆਪਣਾ ਜਿਹੜਾ ਹੈਗਾ ਚੇਲਾ ਤਿਆਰ ਕਰ ਲਿਆ ਤਾਲੇ ਖੋਲ੍ਹਣ ਲਈ। ਇੱਕ ਮੋਟਰਸਾਈਕਲ ਜਿਹੜਾ ਉਹਨੇ ਵੀ ਇਹ ਚਾਬੀ ਨਾਲ ਹੀ ਉਹਦੇ ਤੋਂ ਟ੍ਰੇਨਿੰਗ ਲੈ ਕੇ ਖੋਲ੍ਹਿਆ। ਇਹਨਾਂ ਤੋਂ ਹੋਰ ਵੀ ਕਾਫੀ ਸਾਨੂੰ ਅਜੇ ਮੋਟਰਸਾਈਕਲ ਬਰਾਮਦ ਹੋਣ ਦੀ ਜਿਹੜੀ ਹੈਗੀ ਆ ਆਸ ਆ ਜੀ। ਤੇ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਆ? ਪਹਿਲਾਂ ਇਹਨਾਂ ਦਾ ਅਸੀਂ ਰਿਕਾਰਡ ਫੋ ਰਹੇ ਹਾਂ ਜੀ, ਅਜੇ ਫਿਲਹਾਲ ਅਸੀਂ ਚੈੱਕ ਨਹੀਂ ਕੀਤਾ, ਅਸੀਂ ਇਹਨਾਂ ਦਾ ਰਿਕਾਰਡ ਚੈੱਕ ਕਰਕੇ ਇਹਨਾਂ ਦਾ ਸਾਬਕਾ ਰਿਕਾਰਡ ਕੀ ਹੈਗਾ ਆ। ਇਹ ਜਿਹੜਾ ਇਹ ਸਾਰੇ ਨਸ਼ਿਆਂ ਦੀ ਜਿਹੜੀ ਪੂਰਤੀ ਕਰਨ ਲਈ ਵਰਤੋਂ ਕਰ ਰਹੇ ਸੀ, ਹੁਣ ਵੀ ਕਿਉਂਕਿ ਇਹਨਾਂ ਨੇ ਮੋਟਰਸਾਈਕਲ ਤਾਂ 2 ਮਹੀਨੇ ਪਹਿਲਾਂ ਵੀ ਚੋਰੀ ਕੀਤੇ ਸੀ, ਪਰ ਕਿਉਂਕਿ ਇਹਨਾਂ ਨੂੰ ਕੋਈ ਅਜੇ ਤੱਕ ਇਦਾਂ ਦਾ ਕੋਈ ਬੰਦਾ ਨਹੀਂ ਮਿਲ ਸਕਿਆ ਕੁਆਰੀਆ ਜਾਂ ਕੋਈ ਹੋਰ ਜਿਹਨੂੰ ਇਹਨਾਂ ਨੇ ਵੇਚਣੇ ਸੀ, ਅਤੇ ਇਸ ਕਰਕੇ ਇਹਨਾਂ ਦੇ ਜਿਹੜੇ ਆ 5 ਮੋਟਰਸਾਈਕਲ ਜਿਹੜੇ ਸਾਨੂੰ ਜਿਹੜੇ ਬਰਾਮਦ ਹੋ ਗਿਆ। ਹੁਣ ਜਲਦੀ ਹੀ ਅਸੀਂ ਇਹਨਾਂ ਦੇ ਮਾਲਕ ਜਿਹੜੇ ਟ੍ਰੇਸ ਕਰਕੇ ਉਹਨਾਂ ਦੇ ਹਵਾਲੇ ਜਿਹੜੇ ਸਪੁਰਦਾਰੀ ਕਰ ਦੇਵਾਂਗੇ। ਸਰ, ਇੱਕ ਵੱਡੀ ਗੱਲ ਆ, ਇਹ ਜਾਲੀ ਪਲੇਟਾਂ ਕਿੱਥੋਂ ਬਣਾਉਂਦੇ ਸੀ ਅਤੇ ਚਾਬੀ ਇਹ ਡੁਪਲੀਕੇਟ ਉਹ ਕਿੱਥੋਂ ਬਣਾਈ ਸੀ ਇਹਨਾਂ ਨੇ? ਉਹ ਸਾਰਾ ਜੀ ਅਸੀਂ ਇਹਨਾਂ ਨੂੰ ਹੁਣ ਅੱਜ ਜੱਜ ਸਾਹਿਬ ਦੇ ਪੇਸ਼ ਕੀਤਾ ਆ, ਅੱਜ ਸ਼ਾਮ ਨੂੰ ਅਸੀਂ ਉਹ ਸਾਰੀ ਜਿਹੜੀ ਪੁੱਛਗਿੱਛ ਕਰਕੇ ਵੀ ਇਹ ਜਾਲੀ ਨੰਬਰ ਪਲੇਟਾਂ ਜਿਹੜੀਆਂ ਕਿਸੇ ਕੋਲ ਤਿਆਰ ਕਰਦੇ ਜਾਂ ਆਪ ਤਿਆਰ ਕਰਦੇ ਆ ਉਹ ਸਾਰਾ ਸਿਸਟਮ ਕਰਕੇ ਅਤੇ ਅਸੀਂ ਜਿਹੜੀ ਆ ਉਹ ਇਨਵੈਸਟੀਗੇਸ਼ਨ ਦੇ ਤਹਿਤ ਹੀ ਪਤਾ ਕਰ ਲਾਂ। ਕਰਤਾਰਪੁਰ ਤੋਂ ਰਾਕੇਸ਼ ਭਾਰਤੀ ਦੀ ਰਿਪੋਰਟ।